स्वागत है किसान वीरों तुहाडा यूट्यूब चैनल सिदक डेयरी फार्मिंग दे विच। किसान वीरों अज दी वीडियो पिंड रनसी कलां, यह पिंड निहाल सिंह वाले तो 1.5 किलोमीटर सैड पर है। यदा एड्रैस स्क्रीन के उत्ते भी लगा हुआ, तुसीं इत्थों पढ़ सकते हैं। इस पिंड दे विच बाई जी होरां कोल इह झोटा जिहड़ा मुरा नसल का शौक नाल सांभिया होया है, तो यह हुण इन्हां ने सेल करना है। सारी डिटेल आपां इन्हां तों पुछांगे, इस झोटे दे रिकॉर्ड बारे भी सारा कुछ पता करांगे। वीडियो शुरू करन तों पहलां इक बेनती, जिन्हां ने मेरे इस चैनल नूं अजे तक सबसक्राइब नहीं कीता, उह चैनल नूं जरूर सबसक्राइब कर दिओ ते नाल बैल आइकॉन भी प्रैस कर दिओ जी, तां कि जिहड़ी नवीं वीडियो मैं अपलोड करां उहदा नोटिफिकेशन तुहानूं मिल सके। आओ आपां बाई जी नाल गल्लबात करदे हां। बाई सति श्री अकाल। सति श्री अकाल जी। बाई जी अपना नाम दस्सो की है? ਮੇਰਾ ਨਾਮ ਜਗਸੀਰ ਸਿੰਘ ਹੈ ਜੀ। ਜਗਸੀਰ ਸਿੰਘ, ਤੇ ਬਾਈ ਜੀ ਆਪਾਂ ਸ਼ੌਂਕ ਵਜੋਂ ਘਰੇ ਪਸ਼ੂ ਰੱਖਦੇ ਆ ਨਾ? ਹਾਂਜੀ ਹਾਂਜੀ, ਸ਼ੌਂਕ ਵਜੋਂ। ਠੀਕ ਹੈ। ਤੇ ਵੀਰੇ ਇਹ ਜਿਹੜਾ ਝੋਟਾ ਆਪਣੇ ਕੋਲ ਹੈਗਾ, ਇਹਦੀ ਉਮਰ ਕਿੰਨੀ ਹੈ? ਉਮਰ ਇਹਦੀ 2.5 ਸਾਲ ਹੈ ਜੀ, 2 ਦੰਦ ਹੈ ਜੀ। 2 ਦੰਦ, 2.5 ਸਾਲ ਉਮਰ। ਠੀਕ ਹੈ। ਤੇ ਇਹਦਾ ਕੀ ਰਿਕਾਰਡ ਹੈ ਵੀਰੇ ਇਹਦੀ ਮਦਰ ਦਾ? ਇਹਦੀ ਮਦਰ ਦਾ ਹੈਗਾ ਜੀ 20+ ਦਾ ਜੀ। 20+ ਦਾ? ਠੀਕ ਹੈ। ਉਹ ਆਪਣੇ ਕੋਲ ਹੈ ਜਾਂ ਆਪਾਂ ਇਹ ਖਰੀਦਿਆ ਸੀ? ਨਾ, ਆਪਾਂ ਖਰੀਦਿਆ ਸੀਗਾ ਜੀ, ਆਪਣੇ ਨਾਲ ਦੇ ਲਾਗੇ ਪਿੰਡ ਦੋਸਤ ਕੋਲ ਹੀ ਆਪਣੇ ਕੋਲ। ਠੀਕ ਹੈ। ਕਿਹਦੇ ਕੋਲ ਹੈ ਵੀਰੇ ਮੱਝ? ਉਹ ਨਾਲ ਦੇ ਪਿੰਡ ਆਪਣੇ ਦੋਸਤ ਕੋਲ, ਮਿੱਤਰ ਕੋਲ ਹੀ ਹੈ ਜੀ। ਠੀਕ ਹੈ। ਮੱਝ ਉਹ ਹੈਗੀ ਉਹਨਾਂ ਕੋਲ, ਹਜੇ ਵੀ ਉਹਨਾਂ ਕੋਲ ਹੈਗੀ ਹੈ। ਠੀਕ ਹੈ। ਤੇ ਇਹਦਾ ਫਾਦਰ ਵੀਰੇ? ਫਾਦਰ ਇਹਦਾ ਜੀ HLDB ਦਾ, PC575 ਦਾ ਜੀ। PC575 HLDB ਦਾ? ਹਾਂਜੀ। ਠੀਕ ਹੈ ਬਾਈ ਜੀ। ਤੇ ਵੀਰੇ ਇਹਨੂੰ ਆਪਾਂ ਕਿਸੇ ਮੇਲੇ ਤੇ ਵੀ ਪਾਇਆ ਸੀ? ਹਾਂਜੀ, ਤਖਤੂਪੁਰਾ ਸਾਹਿਬ ਪਾਇਆ ਸੀ ਜਿਹੜਾ ਤਖਤੂਪੁਰੇ ਹੁਣ ਵਿਸਾਖ ਸੋਰੀ ਮਾਘੀ ਤੇ ਜਿਹੜਾ ਮੇਲਾ ਹੋਇਆ ਹੈ ਨਾ? ਠੀਕ ਹੈ। ਤੇ ਉੱਥੋਂ ਫਿਰ 99 ਨੰਬਰ ਤੇ ਰਿਹਾ ਇਹ? ਉੱਥੋਂ 3 ਨੰਬਰ ਤੇ ਰਿਹਾ ਜੀ। 3 ਨੰਬਰ ਤੇ ਆਇਆ ਇਹ? ਠੀਕ ਹੈ ਬਾਈ ਜੀ। ਤੇ ਬਾਈ ਜੀ ਇਹਨੂੰ ਹੁਣ ਆਪਾਂ ਸੇਲ ਕਰਨਾ? ਹਾਂਜੀ ਹਾਂਜੀ, ਸੇਲ ਕਰਨਾ। ਇਹਦਾ ਕੀ ਰੇਟ ਕਰਦੇ ਆਪਾਂ? ਰੇਟ ਇਹਦਾ ਜੀ 1.5 ਲੱਖ ਰੁਪਇਆ ਕਰਦੇ। 1.5 ਲੱਖ? ਚਲੋ ਤੋਰਿਓ ਮਾੜਾ ਜਿਹਾ ਉਦਨ। ਕਿਸਾਨ ਵੀਰੋ ਦੇਖ ਸਕਦੇ ਹੋ ਤੁਸੀਂ, ਛੋਟੇ ਗੋਲ ਸਿੰਘ ਦੇ ਵਿੱਚ ਇਹ ਝੋਟਾ, ਕਾਫੀ ਉੱਚਾ ਲੰਬਾ ਕੱਦ, 2.5 ਸਾਲ ਉਮਰ ਆ। ਜੈੱਡ ਬਲੈਕ ਪੂਛ ਹੈ ਇਹਦੀ। 20+ ਮਦਰ ਰਿਕਾਰਡ ਹੈ। PC575 ਦਾ ਇਹ ਬੱਚਾ। ਬਹੁਤ ਸੋਹਣੇ ਟੈਸਟੀਕਲ ਵਗੈਰਾ ਇਹਦੇ ਤੁਸੀਂ ਦੇਖ ਸਕਦੇ ਆ, ਚਾਲ ਇਹਦੀ ਟੈਸਟੀਕਲ ਤੁਸੀਂ ਦੇਖ ਸਕਦੇ ਆ। ਬਾਕੀ ਇਹਦੇ ਜਿਹੜੀ ਪਤਲੀ ਚਮੜੀ ਆ ਉਹਦੇ ਤੇ ਤੁਹਾਨੂੰ ਜਿਹੜੀਆਂ ਨਾੜਾਂ ਉਹ ਉਵੇਂ ਦਿਸਦੀਆਂ ਹੋਣਗੀਆਂ, ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਆ। ਛੋਟੇ ਗੋਲ ਸਿੰਘ ਦਾ ਇਹ ਸਾਣ ਸਿੰਘ ਤੁਸੀਂ ਦੇਖ ਸਕਦੇ ਆ ਦੋਨੇ, ਜਿਹੜਾ ਮੱਥੇ ਦੇ ਉੱਤੇ ਇਹਦੇ ਬਿੱਲਾ ਲੱਗਾ ਹੋਇਆ, ਉਹ ਤਖਤੂਪੁਰਾ ਸਾਹਿਬ ਜਿਹੜਾ ਹੁਣ ਮੇਲਾ ਹੋ ਕੇ ਹਟਿਆ ਉਹਦੇ ਵਿੱਚੋਂ ਇਹਨੇ 3rd ਪੋਜੀਸ਼ਨ ਹਾਸਲ ਕੀਤੀ ਹੈ। ਉਹਦਾ ਸਰਟੀਫਿਕੇਟ ਵੀ ਬਾਈ ਜੀ ਹੋਰਾਂ ਕੋਲ ਹੈਗਾ, ਸਕਰੀਨ ਦੇ ਉੱਤੇ ਤੁਸੀਂ ਨਾਲ ਇਹਦਾ ਸਰਟੀਫਿਕੇਟ ਦੇਖ ਰਹੇ ਹਾਂ। ਇਹ ਸਰਟੀਫਿਕੇਟ ਵੀ ਤੁਹਾਨੂੰ ਨਾਲ ਦਿੱਤਾ ਜਾਊਗਾ ਜੇ ਕੋਈ ਚਾਹਵਾਨ ਵੀਰ ਇਹਨੂੰ ਖਰੀਦਣਾ ਚਾਹੁੰਦਾ ਤਾਂ। ਬਾਈ ਜੀ ਆਪਣਾ ਮੋਬਾਈਲ ਨੰਬਰ ਬੋਲਿਓ ਕਿੰਨਾ? ਮੋਬਾਈਲ ਨੰਬਰ ਹੈਗਾ 98551 97551 2746 ਠੀਕ ਹੈ। ਤੇ ਬਾਈ ਜੀ ਇਹਨੂੰ ਆਪਾਂ ਅੱਗੇ ਦਾ ਮਤਲਬ ਇਹਨੂੰ ਮੱਝਾਂ ਤੇ ਛੱਡਣਾ ਸ਼ੁਰੂ ਕਰਤਾ ਕਿ ਨਹੀਂ? ਨਹੀਂ, ਹਜੇ ਨਹੀਂ ਕੀਤਾ ਜੀ, 1 ਮਾਈ ਤੇ ਰਿਜ਼ਲਟ ਲਿਆ ਸੀ ਆਪਾਂ ਇਹਨਾਂ ਦਾ। ਠੀਕ ਹੈ। 1 ਮੱਝ ਕ੍ਰੋਸ ਕਰਾਈ, ਉਹ ਹਜੇ ਹੋਣੀ ਕਰਾਈ ਹੋਣੀ ਹੈ ਫਿਰ ਅਜੇ ਤਾਂ? ਹਾਂਜੀ ਹਾਂਜੀ, ਥੋੜਾ ਟਾਈਮ ਹੀ ਹੋਇਆ ਜੀ। ਠੀਕ ਹੈ। ਤੇ ਅੱਗੇ ਫਿਰ ਜੇ ਆਪਣਾ ਇਹ ਸੇਲ ਨਹੀਂ ਵੀ ਹੁੰਦਾ ਤਾਂ ਫਿਰ ਅੱਗੇ ਛੱਡਿਆ ਕਰਾਂਗੇ ਵੀਰ ਜੀ ਇਹਨੂੰ ਆਪਾਂ? ਹਾਂਜੀ ਹਾਂਜੀ, ਡਾਇਰੈਕਟ ਕ੍ਰੋਸ ਕਰਾਇਆ ਕਰਾਂਗੇ। ਠੀਕ ਹੈ। ਤੇ ਉਹਦੀ ਆਪਾਂ ਕੀ ਫੀਸ ਰੱਖਣੀ ਹੈ? ਫੀਸ 1000 ਰੁਪਇਆ ਰੱਖਾਂਗੇ। ਠੀਕ ਹੈ ਠੀਕ ਹੈ। ਕਿਸਾਨ ਵੀਰੋ ਜੇ ਇਹ ਜਿਹੜਾ ਝੋਟਾ ਇਹ ਨਹੀਂ ਸੇਲ ਹੁੰਦਾ ਬਾਈ ਜੀ ਹੋਰਾਂ ਕੋਲ ਘਰੇ ਰਹੂਗਾ ਤਾਂ ਇਹ ਇਹਨੂੰ ਡਾਇਰੈਕਟ ਕ੍ਰੋਸਿੰਗ ਲਈ ਵੀ ਵਰਤਣਗੇ। ਜੇ ਕੋਈ ਚਾਹਵਾਨ ਵੀਰ ਜਾਂ ਕਿਸੇ ਨੇ ਚੰਗੀ ਮੱਝ ਆਪਦੀ ਇਹ ਤੋਂ ਕ੍ਰੋਸ ਕਰਾਉਣੀ ਹੈ ਤਾਂ 1000 ਰੁਪਇਆ ਇਹਨਾਂ ਨੇ ਫੀਸ ਰੱਖੀ ਹੋਈ ਹੈ, ਤੁਸੀਂ ਮੱਝ ਕ੍ਰੋਸ ਕਰਵਾ ਸਕਦੇ ਹੈ। ਵੈਸੇ ਵਿਕਾਊ ਆ ਬਾਈ ਜੀ ਹੋਰਾਂ ਵੱਲੋਂ, 1.5 ਲੱਖ ਦੀ ਡਿਮਾਂਡ ਹੈ। ਬਹੁਤ ਸੋਹਣਾ ਇਹਦਾ ਸਰੀਰ ਤੁਸੀਂ ਦੇਖ ਸਕਦੇ ਹੋ, ਬਣਤਰ ਪਿੱਠ ਪੁੜਿਆਂ ਦੀ ਬਹੁਤ ਸੋਹਣਾ ਸਾਂਭਿਆ ਹੋਇਆ ਬਾਈ ਜੀ ਹੋਰਾਂ ਨੇ। ਬਾਈ ਜੀ ਇਹਨੂੰ ਆਪਾਂ ਫੀਡ ਦੇ ਵਿੱਚ ਕੀ ਦਿੰਨੇ ਆ? ਫੀਡਾ ਜੀ ਆਪਾਂ ਆਪਦੇ ਘਰ ਦੀ ਤਿਆਰ ਕਰਕੇ ਦਿੰਨੇ ਆ ਜੀ। ਠੀਕ ਹੈ। ਉਹਦੇ ਚ ਕੀ ਵਰਤਦੇ ਆ ਜਦ? ਸੋਇਆਬੀਨ ਹੋ ਗਈ ਜੀ। ਠੀਕ ਹੈ। ਬੜੇਵੇਂ ਹੋ ਗਏ ਜੀ। ਠੀਕ ਹੈ। ਤੇ ਕਣਕ ਦਾ ਚੋਕਰ ਜੀ। ਠੀਕ ਹੈ। ਕਣਕ ਦਾ ਚੋਕਰ ਮਤਲਬ ਆਪ ਤਿਆਰ ਕਰਕੇ ਹੀ ਸਾਰੀ ਫੀਡ ਵਰਤਦੇ ਆ? ਆਪ ਤਿਆਰ ਕਰਕੇ ਪਾਉਂਦੇ। ਠੀਕ ਹੈ। ਤੇ ਬਾਈ ਜੀ ਇਹ ਜੇ ਨਾ ਵਿਕਿਆ ਤਾਂ ਫਿਰ ਅੱਗੇ ਮੇਲਿਆਂ ਦੇ ਵਿੱਚ ਵੀ ਪਾਵਾਂਗੇ ਆਪਾਂ? ਹਾਂਜੀ ਹਾਂਜੀ, ਮੇਲੇ 'ਚ ਪਾਵਾਂਗੇ। ਠੀਕ ਹੈ ਠੀਕ ਹੈ। ਕਿਸਾਨ ਵੀਰੋ ਨੰਬਰ ਬਾਈ ਜੀ ਹੋਰਾਂ ਦਾ ਸਕਰੀਨ ਤੇ ਚੱਲ ਰਿਹਾ, ਤੁਸੀਂ ਇਸ ਨੰਬਰ ਦੇ ਉੱਤੇ ਸੰਪਰਕ ਕਰਕੇ ਇਸ ਝੋਟੇ ਨੂੰ ਖਰੀਦ ਸਕਦੇ ਆ ਜੇ ਕੋਈ ਚਾਹਵਾਨ ਵੀਰ ਹੈ ਤਾਂ। ਰਿਕਾਰਡ ਫੁੱਲ ਹੈ ਇਹਦੇ, PC575 ਇਹਦੇ ਫਾਦਰ ਦਾ ਜਿਹੜਾ ਨੰਬਰ ਹੈ ਉਹ ਹੈ, ਤੇ ਇਹਦੀ ਮਦਰ ਜਿਹੜੀ ਹੈ ਬਾਈ ਜੀ ਹੋਰਾਂ ਦੇ ਨਾਲ ਦੇ ਪਿੰਡ ਹੈ, ਜੇ ਕੋਈ ਚਾਹਵਾਨ ਵੀਰ ਆਊਗਾ ਖਰੀਦਣ ਵਾਸਤੇ ਤਾਂ ਉਹਨੂੰ ਇਹਦੀ ਮਦਰ ਵੀ ਦਿਖਾ ਦਿੱਤੀ ਜਾਊਗੀ। ਉਸ ਪਿੰਡ ਦੇ ਵਿੱਚ 20 ਲੀਟਰ ਤੋਂ ਜ਼ਿਆਦਾ ਉਹਦਾ ਮਿਲਕ ਰਿਕਾਰਡ ਹੈ, ਬਾਕੀ ਜਿਹੜਾ ਫਾਦਰ ਹੈ ਇਹਦਾ HLDB ਸਾਂਡ ਹੈ। ਧੰਨਵਾਦ ਕਿਸਾਨ ਵੀਰੋ ਵੀਡੀਓ ਦੇਖਣ।